ਉਸ ਵੇਲੇ ਬਦਲੇ ਉਹਨਾਂ ਦਾ ਦਿਲ ਨਹੀਂ ਸੀ ਕਰਦਾ ਜਾਣ 'ਤੇ, ਪਰ ਸੁਣਦੇ ਸਨ ਅੱਜ ਉੱਥੇ ਇੰਨੇ ਮਾਰੇ ਗਏ ਨੇ, ਅੱਜ ਉੱਥੇ ਇੰਨੇ ਮਾਰੇ ਗਏ ਨੇ ਸਿੱਖ, ਤਾਂ ਫਿਰ ਡਰਦੇ ਟੁਰ ਗਏ ਹਨ। ਫਿਰ ਡਰਦਿਆਂ ਪਹਿਲਾਂ ਮੁਸਲਮਾਨ ਹੋਏ, ਫਿਰ ਸਾਡੇ ਮੌਲਵੀ ਰਾਂ ਗਾਂ ਖਵਾਈ ਉਹਨਾਂ ਨੂੰ, ਫਿਰ ਸਾਡੀ ਮਸਜਿਦ ਅਤੇ ਗੁਰਦੁਆਰਾ ਇਕੱਠਾ ਸੀ, ਨਾਲੋ ਨਾਲ ਸੀ, ਫਿਰ ਨਮਾਜ਼ ਪੜ੍ਹੀ ਸਾਡੇ ਨਾਲ ਜਮਾਤ ਵਿੱਚ ਨਮਾਜ਼ ਪੜ੍ਹੀ, ਅਤੇ ਕੇਸ ਲਗਾ ਲਵਾ ਕੇ ਨਾਂ ਬਦਲਵਾਏ, ਕੇਸ ਵੀ ਲਵਾਏ ਅਤੇ ਨਾਂ ਵੀ ਬਦਲਵਾਏ। ਤਰੇ ਛੱਡ ਕੇ ਸਾਰੇ ਜੂੜੇ ਲਵਾਏ ਹਨ, ਕਲਮਾ ਪੜ੍ਹਿਆ ਸੀ, ਨਮਾਜ਼ ਪੜ੍ਹੀ ਸੀ, ਸਾਰੇ ਕੰਮ ਮੁਸਲਮਾਨਾਂ ਵਾਲੇ ਕਰਕੇ ਫਿਰ ਗਏ। ਫਿਰ ਕਿਉਂ ਚਲੇ ਗਏ ਜਦੋਂ ਸਾਰੇ ਕੰਮ ਹੋ ਗਏ? ਫਿਰ ਤਰੇ ਮੇਰੇ ਆਇਆ ਨੇ। ਅੱਛਾ, ਕਿਹੜਾ ਕੌਣ? ਇੱਕ ਆਇਆ, ਸਿਰਫ ਇੱਕ ਬੰਦਾ ਆਇਆ। ਅੱਛਾ, ਪ੍ਰੀਤਮ ਸਿੰਘ ਉਹਦਾ ਨਾਂ ਸੀ, ਅਤੇ ਉਹਦਾ ਨਾਂ ਕੁਦਰਤੀ ਲੰਬਰਦਾਰ ਦਾ ਪੁੱਤਰ ਸੀ। ਅੱਛਾ, ਅਤੇ ਤਰੇ ਉਸ ਆਖਿਆ ਅੱਬੂ ਜੀ ਮੈਂ ਆਪਣਾ ਪਿੰਡ ਵੇਖਣਾ। ਉਹਨੂੰ ਬੜਾ ਡੱਕਿਆ ਉਹਨਾਂ ਸਿੱਖਾਂ ਨਾ ਪਿੰਡ ਵੇਖਣਾ। ਉਹ ਫਿਰ ਆਏ, ਸਾਰੇ ਪਿੰਡ ਨੇ ਨਾ ਉਹਦੀ ਬੜੀ ਇੱਜ਼ਤ ਕੀਤੀ, ਬੜੀ ਇਤਰਾਮ ਕੀਤਾ। ਅਸਲਾਮੁਅਲੈਕੁਮ ਜੀ। ਵਾਲੇਕੁਮ ਸਲਾਮ। ਕੀ ਹਾਲ ਹੈ ਬਜ਼ੁਰਗੋ? ਠੀਕ ਠਾਕ ਹੋ? ਹਾਂ, ਸ਼ੁਕਰ। ਕੀ ਨਾਂ ਜੀ ਤੁਹਾਡਾ? ਬਸ਼ੀਰ ਅਹਿਮਦ। ਤੇ ਵਾਲਦ ਸਾਹਿਬ ਦਾ? ਮਮਦੀਨ। ਕਿਹੜਾ ਪਿੰਡ ਸੀ ਤੁਹਾਡਾ? ਚੋਰਾਂ ਵਾਲੀ। ਅੱਛਾ, ਜਦੋਂ ਪਾਕਿਸਤਾਨ ਬਣਿਆ ਕਿੰਨੀ ਉਮਰ ਸੀ ਤੁਹਾਡੀ? ਉਸ ਵੇਲੇ 11 ਸਾਲ ਸੀ। ਅੱਛਾ, ਇਹਦਾ ਮਤਲਬ ਤੁਹਾਨੂੰ ਠੀਕ ਠਾਕ ਪਤਾ ਹੈ ਜੋ ਪਿੰਡ ਦੇ ਹਾਲਾਤ ਸਨ ਕਿਸ ਤਰ੍ਹਾਂ? ਹਾਂ, ਅਸੀਂ ਰਲ ਕੇ ਡੰਗਰ ਚਾਰਦੇ ਰਹੇ ਹਾਂ ਸਿੱਖਾਂ ਨੂੰ। ਅੱਛਾ, ਤੇ ਤੁਹਾਡੇ ਪਿੰਡ 'ਚ ਕਿਹੜਾ ਸੀ ਕੋਈ ਨਾਮਵਰ ਬੰਦਾ? ਬਸ ਨਾਮਵਰ ਬੰਦਾ ਜਾਗਰ ਸਿੰਘ ਸੀ, ਬੜਾ ਲਾਇਕ ਬੰਦਾ ਅਤੇ ਬੜਾ ਦਿਆਨਤਦਾਰ ਬੰਦਾ। ਅਸੀਂ ਉਸ ਬੱਚੇ ਸਾਂ ਅਤੇ ਸਾਨੂੰ ਪੁਲਿਸ ਫੜ ਕੇ ਲੈ ਗਈ, ਰੇਲਵੇ ਦੀ ਤਾਰ ਚੋਰੀ ਹੋ ਗਈ ਅਤੇ ਸਾਨੂੰ ਆਖਣ ਲੱਗੀ ਪੁਲਿਸ ਨੇ ਵੀ ਛੇੜੂਆਂ ਨੇ ਲਾਈ ਹੈ। ਉਹਨੇ ਫੜ ਕੇ ਉਹਨਾਂ ਬਾ ਛੜਿਆ ਡੇਰੇ 'ਤੇ, ਅਤੇ ਉਹ ਜਾਗਰ ਸਿੰਘ ਆਇਆ ਅਤੇ ਉਸ ਕਿਹਾ ਤੁਸੀਂ ਇੱਥੇ ਕਿਉਂ ਬੈਠੇ ਹੋ? ਅਸਾਂ ਕਿਹਾ ਜੀ ਸਾਨੂੰ ਪੁਲਿਸ ਫੜ ਕੇ ਲੈ ਆਈ। ਉਹਦਾ ਕਿਹਾ ਉੱਠੋ ਜਾ ਕੇ ਡੰਗਰ ਜਾ ਕੇ ਸਾਂਭੋ। ਥਾਣੇਦਾਰ ਨੂੰ ਆਖਣ ਲੱਗਿਆ ਇਹ ਤਾਰ ਲਾਉਣ ਜੋਗੇ ਨੇ? ਇਹ ਤਾਰ ਲਾ ਸਕਦੇ ਨੇ? ਇਹ ਬੱਚੇ ਨੇ ਸਾਰੇ, ਤੂੰ ਇਹਨਾਂ ਨੂੰ ਆਉਂਦਾ ਕਿਉਂ? ਕਿਸ ਵਜ੍ਹਾ ਤੋਂ ਆਉਂਦੇ? ਮੇਰੇ ਨਾਲ ਗੱਲ ਕਰ। ਉਹ ਬੜਾ ਸ਼ਰਮਸਾਰ ਹੋਇਆ ਅਤੇ ਉਹ ਫਿਰ ਟੁਰ ਗਿਆ, ਸਾਨੂੰ ਉਹਨੇ ਛੱਡ ਦਿੱਤਾ। ਕੋਈ ਵੀ ਕੰਮ ਹੁੰਦਾ ਸੀ ਨਾ ਅਤੇ ਉਹ ਸਹੀ ਇਨਸਾਫ ਨਾਲ ਗੱਲ ਕਰਦਾ ਸੀ। ਇੱਕ ਵਾਰੀ ਇੱਕ ਖੱਤਰੀ ਸੀ ਅਤੇ ਉਹਦੀ ਨਾ 2 ਬੋਰੀਆਂ ਮੁੰਜੀ ਚੁੱਕੇ। ਅੱਛਾ, ਅਤੇ ਬੰਦਾ ਇੱਕੋ ਖੁਰਾ ਇੱਕ ਬੰਦੇ ਦਾ ਲੱਗਾ, ਅਤੇ ਉਸ ਨਾ ਜਾ ਕੇ ਦੱਸਿਆ ਉਜਾਗਰ ਸਿੰਘ ਨੂੰ ਵੀ ਮੇਰੀਆਂ 2 ਬੋਰੀਆਂ ਮੁੰਜੀ ਚੁੱਕੀ ਗਈ ਹੈ ਅਤੇ ਇੱਕੋ ਫੇਰੇ 'ਚ ਬੰਦਾ ਲੈ ਗਿਆ, ਅਤੇ ਮੈਂ ਕੀ ਕਰਾਂ, ਮੈਂ ਕਿੱਥੋਂ ਲੱਭਾਂ? ਉਹ ਜਿਸ ਚੁੱਕੀ ਸੀ ਨਾ ਉਹ ਸਹਾਈ ਸੀ, ਉਹ ਸੱਦਿਆ ਹੀ ਉਹਨੂੰ। ਉਸ ਅੱਗੇ ਪੁੱਤਰ ਮੁੰਜੀ ਦੇ ਪੈਸੇ ਮੈਂ ਦੇ ਛੱਡਣਾ, ਪਰ ਇਹ ਦੱਸ ਮੈਨੂੰ ਤੂੰ ਇੱਕ ਫੇਰੇ 'ਚ ਲੱਗਿਆ ਕਿਸ ਤਰ੍ਹਾਂ, ਦੋਵੇਂ ਬੋਰੀਆਂ ਕਿਵੇਂ ਲੱਗੀਆਂ? ਉਹ ਪਹਿਲਾਂ ਤਾਂ ਉਰਾਂ ਪਰਾਂ ਕੀਤੀ। ਉਸ ਅੱਗੇ ਨਾ ਮੈਂ ਦੂਜੀ ਤਰ੍ਹਾਂ ਮੈਂ ਲੈ ਲੈਣੀ ਹੈ, ਅਤੇ ਬਿਹਤਰ ਹੈ ਵੇ ਕਿ ਸਹੀ ਗੱਲ ਦੱਸਦੇ। ਅਤੇ ਉਸਨੇ ਫਿਰ ਆਖਿਆ ਵੀ ਇੱਕ ਉਸ ਕੱਛ ਵਿੱਚ ਬੋਰੀ ਅਤੇ ਇੱਕ ਉਸ ਕੱਛ ਵਿੱਚ ਮੈਂ ਹੀ ਲੱਗਿਆ। ਐਡਾ ਜਣਾ ਸੀ ਸਾਈ ਸਰਦਾਰਾ ਉਹਦੇ ਨਾਂ ਸੀ। ਉਹਦਾ ਇੱਕ ਪੁੱਤਰ ਰਹਿੰਦਾ ਜਿਹੜਾ ਅੱਜ ਕੱਲ੍ਹ ਇਸਲਾਮਾਬਾਦ ਰਹਿੰਦਾ, ਅਤੇ ਬੜੇ ਬੰਦੇ ਪੁਰਾਣੇ ਬੰਦੇ ਰਹਿ ਹੀ ਕੋਈ ਨਹੀਂ, ਸਾਡੇ ਆਉਂਦੇ ਵੀ ਥੋੜ੍ਹੇ ਬੰਦੇ ਨੇ। ਬਾਕੀ ਪਿੰਡ ਜਾਈਏ ਤਾਂ ਨਵਾਂ ਪਹੁੰਚ ਨਾ ਸਮਝ ਆਉਂਦੀ, ਨਾ ਪੁੱਛੀਦਾ ਫਿਰ ਇਹ ਬੱਚਾ ਕਿਹਦਾ, ਇਹ ਬੱਚਾ ਕਿਹਦਾ, ਅਤੇ ਵੱਖਰ ਵੱਖਰ ਦੀਆਂ ਗੱਲਾਂ ਨੇ। ਉਦੋਂ ਨਾਲ ਜ਼ਮਾਨਾ ਹੀ ਹੋਰ ਸੀ, ਦੌਰ ਹੀ ਹੋਰ ਸੀ। ਸਾਨੂੰ ਬਾਬੇ ਗੁਲਾਬ ਸ਼ਾਹ ਦਾ ਮੇਲਾ ਲੱਗਦਾ ਸੀ, 1 ਰੁਪਈਆ ਲੱਭਦਾ ਸੀ, ਅਤੇ 4 ਆਨੇ ਸਵਾਰੀ ਦੇ ਪੈਸੇ ਸਨ ਟਾਂਗੇ ਦੇ, ਅਤੇ ਅਸੀਂ ਟੁਰਦੇ ਟੁਰ ਜਾਂਦੇ ਹਾਂ, 4 ਆਨੇ ਨਹੀਂ ਸੰਪਰਦੇ,
ਵੀ ਰੁਪਈਆ ਸਾਰਾ ਖਾਣ ਦੇ ਉੱਥੇ ਅਤੇ ਰੁਪਈਆ ਨਾਲ ਹੀ ਅਸਾਂ ਮੇਲਾ ਵੇਖ ਕੇ ਘਰ ਆ ਜਾਂਦੇ। ਅੱਛਾ ਕੀ ਉਹ ਤੁਹਾਡੇ ਪਿੰਡ ਦੇ ਚਾਰਜ ਫਿਰ ਇਹ ਕਿਹੜੇ ਪਿੰਡ ਸਨ ਚੋਰਾਂ ਵਾਲੀ ਦੇ ਉਹਨਾਂ ਦੇ? ਆ ਟਿਲਮਾ ਸਨ, ਸ਼ਹਿਦ ਨਗਰ ਸੀ ਅਤੇ ਵੱਡੇ ਦੋ ਪਿੰਡ ਇਹ ਹੀ ਨੇ ਅਤੇ ਬਾਕੀ ਇੰਨਾ ਹੀ ਅਲੀਪੁਰ ਵਿੱਚ ਅਤੇ ਬਾਕੀ ਪਰਾਂ ਠੱਟੇ ਨੇ ਰੋੜੀ ਵਾਲਾ ਬਾਰਾਂ ਦਰੀ ਇਹ ਛੋਟੇ ਛੋਟੇ ਠੱਟੇ ਨੇ ਜਿਨ੍ਹਾਂ ਵਿੱਚ ਕੋਈ ਦਸ ਦਸ ਘਰ ਦਾ ਘਰਾਂ ਦੀ ਰਿਹਾਇਸ਼ ਹੈ ਅਜੇ ਵੀ ਉਸ ਤਰ੍ਹਾਂ ਹੀ ਹੈ। ਕਿਵੇਂ ਦਾ ਰਹਿਣ ਬਹਿਣ ਸੀ ਪਿੰਡ ਦੇ ਜੀ, ਜਾਂ ਕਿਸ ਤਰ੍ਹਾਂ ਦਾ ਉਹਨਾਂ ਦਾ ਸਲੂਕ ਸੀ ਤੁਹਾਡੇ ਪਿੰਡ ਦੇ ਜਿਹੜੇ ਸਿੱਖ ਸਨ ਜਾਂ ਹਿੰਦੂ ਸਨ? ਬਹੁਤ ਅੱਛੇ ਸਨ, ਸਾਡੇ ਪਿੰਡ ਵਿੱਚ ਸਾਰੇ ਸਿੱਖ ਸਨ, ਦੋ ਤਰ੍ਹਾਂ ਘਰ ਸਿਰਫ ਮੁਸਲਮਾਨਾਂ ਦੇ ਸਨ ਜਿਹੜੇ ਜਿਨ੍ਹਾਂ ਦੀ ਜ਼ਮੀਨ ਸੀ, ਬਾਕੀ ਕਮੀਆਂ ਦੇ ਘਰ ਸਨ ਅਤੇ ਸਾਰੇ ਚੰਗੇ ਸਨ। ਕੋਈ ਲਾਹਮੇ ਜੋ ਮਰਜ਼ੀ ਕਰਨਾ ਲੇਕਿਨ ਪਿੰਡ ਦੀ ਕੋਈ ਗੱਲ ਬਰਦਾਸ਼ਤ ਨਹੀਂ ਸਨ ਕਰਦੇ ਅਤੇ ਪਿੰਡ ਦੀ ਪੂਰਾ ਤਫਸ ਦਿੰਦੇ ਸਨ, ਪੂਰੀ ਗੱਲ ਸੁਣ ਕੇ ਉਹਦੇ 'ਤੇ ਅਮਲ ਕਰਦੇ ਸਨ। ਅਤੇ ਹੁਣ ਤਾਂ ਗੱਲ ਹੀ ਕੋਈ ਨਹੀਂ ਰਹਿ ਗਈ, ਉਦੋਂ ਫਤਿਹਪੁਰ ਦੇ ਚੌਧਰੀ ਹੁੰਦੇ ਸਨ ਅਤੇ ਉਹ ਉਹਨਾਂ ਦਾ ਮੋਗਾ ਸਾਂਝਾ ਸੀ ਚੋਰਾਂ ਵਾਲੀ ਦਾ ਅਤੇ ਫਤਿਹਪੁਰ ਦਾ, ਅਤੇ ਉਹ ਪਿੰਡੋਂ ਜਾ ਕੇ ਪਾਣੀ ਪੁੱਛਦੇ ਹਨ ਵੀ ਅਸਾਂ ਕਦੋਂ ਲਾਉਣਾ, ਸਾਡੀ ਵਾਰੀ ਕਦੋਂ, ਇਸ ਤਰ੍ਹਾਂ ਦੀ ਉਹਨਾਂ ਦਾ। ਹਾਲਾਂਕਿ ਉਹ ਚੌਧਰੀ ਅਸਲ ਤੁਸੀਂ ਸੁਣਿਆ ਹੋਣਾ, ਹਾਂ ਉਦੋਂ ਹੀ ਪਹਿਲਾਂ ਦੀ ਗੱਲ ਹੈ, ਅਤੇ ਐਡੇ ਐਡੇ ਚੌਧਰੀ ਜਿਹੜੇ ਸਨ ਉਹ ਵੀ ਸਾਡੇ ਪਿੰਡ ਨੂੰ, ਸਿੱਖਾਂ ਦਾ ਜੀ ਪਿੰਡ ਸੀ ਸਾਰਾ, ਅਤੇ ਬੜਾ ਸੋਹਣਾ ਉਹ ਗੁਜ਼ਰਿਆ ਵਾ। ਫਿਰ ਜਿਵੇਂ ਅੱਲਾ ਨੂੰ ਮਨਜ਼ੂਰ ਹੈ, ਜਿਸ ਵੇਲੇ ਵਿਚਾਰੇ ਗਏ ਨੇ ਸਾਰੇ ਚੱਠਾ ਬਰਾਦਰੀ ਸੀ, ਚੱਠੇ ਬਰਾਦਰ ਸਾਰੀ ਚੱਠੇ ਸਾਰੇ ਸਿੱਖ ਸਾਰੇ, ਅਤੇ ਜਿਸ ਵੇਲੇ ਗਏ ਨੇ ਨਾ, ਉਸ ਵੇਲੇ ਮਤਲਬ ਉਹਨਾਂ ਦਾ ਦਿਲ ਨਹੀਂ ਸੀ ਕਰਦਾ ਜਾਣ 'ਤੇ, ਪਰ ਸੁਣਦੇ ਸਨ ਅੱਜ ਉੱਥੇ ਇੰਨੇ ਮਾਰੇ ਗਏ ਨੇ, ਅੱਜ ਉੱਥੇ ਇੰਨੇ ਮਾਰੇ ਗਏ ਨੇ ਸਿੱਖ, ਤਾਂ ਫਿਰ ਡਰਦੇ ਟੁਰ ਗਏ ਸਨ। ਫਿਰ ਡਰਦਿਆਂ ਪਹਿਲਾਂ ਮੁਸਲਮਾਨ ਹੋਏ, ਫਿਰ ਸਾਡੇ ਮੌਲਵੀ ਰਾਂ ਗਾਂ ਖਵਾਈ ਉਹਨਾਂ ਨੂੰ, ਫਿਰ ਸਾਡੀ ਮਸਜਿਦ ਅਤੇ ਗੁਰਦੁਆਰਾ ਇਕੱਠਾ ਸੀ, ਨਾਲੋ ਨਾਲ ਸੀ, ਫਿਰ ਨਮਾਜ਼ ਪੜ੍ਹੀ ਸਾਡੇ ਨਾਲ ਜਮਾਤ ਵਿੱਚ, ਨਮਾਜ਼ ਪੜ੍ਹੀ ਅਤੇ ਕੇਸ ਲਵਾਏ, ਕੇਸ ਲਵਾ ਕੇ ਨਾਂ ਬਦਲਵਾਏ, ਕੇਸ ਵੀ ਲਵਾਏ ਅਤੇ ਨਾਂ ਵੀ ਬਦਲਵਾਏ। ਯਾਦ ਜੇ ਕੀ ਨਾਂ ਰੱਖੇ ਗਏ ਜਿਨ੍ਹਾਂ? ਹਾਂ ਯਾਦ ਨਹੀਂ ਹੁਣ, ਗੁਲਾਮ ਰਸੂਲ, ਗੁਲਾਮ ਮੁਹੰਮਦ, ਇਸ ਤਰ੍ਹਾਂ ਕਰਕੇ ਨਾ, ਯਾਨੀ ਉਹਨਾਂ ਵੀ ਹਜ਼ੂਰਲਾ ਸਲਾਦ ਸਲਾਮ ਦਾ ਨਾਂ ਜਿਹੜਾ ਸੀ ਨਾ, ਉਹ ਨਾਮ ਵਿੱਚ ਸ਼ਾਮਲ ਕੀਤਾ ਸੀ। ਅਜਾਗਰ ਸਿੰਘ ਨੇ ਆਉਂਦੇ ਨੇ ਨਹੀਂ ਸਨ ਕੇਸ ਵੀ ਲਾਏ, ਤ੍ਰੈ ਬੰਦੇ ਸਨ ਜਿਹਨਾਂ ਕੇਸ ਨਹੀਂ ਸਨ ਲਵਾਏ ਅਤੇ ਨਾਂ ਬਦਲੇ ਸਨ। ਅੱਛਾ ਕਿਹੜੇ ਕਿਹੜੇ? ਇਹ ਇੱਕ ਜਾਗਰ ਸਿੰਘ ਸੀ, ਇਹ ਦੋਵਾਂ ਦੇ ਮੈਨੂੰ ਨਾਂ ਹੁਣ ਯਾਦ ਨਹੀਂ, ਭੁੱਲ ਗਿਆ ਨਹੀਂ, ਗਲਤ ਗੱਲ ਨਹੀਂ ਕਰਦਾ। ਅੱਛਾ ਹਾਂ, ਤ੍ਰੈ ਬੰਦੇ, ਦੂਜਿਆਂ ਸਾਰਿਆਂ ਮਤਲਬ ਆਖਿਆ ਸੀ ਅਸੀਂ ਮੁਸਲਮਾਨ ਹੋ ਗਏ ਹਾਂ, ਜਿਹੜਾ ਸਾਡੇ ਵੱਲ ਆਇਆ ਅਸੀਂ ਕਤਲ ਕਰ ਦਿਆਂਗੇ, ਅਤੇ ਫਿਰ ਸੁਣ ਸੁਣ ਕੇ ਨਾ ਵੀ ਅੱਜ ਉੱਥੇ ਇੰਨੇ ਮਾਰੇ ਗਏ ਨੇ, ਉੱਥੇ ਇੰਨੇ ਮਾਰੇ ਗਏ ਨੇ, ਅਤੇ ਫਿਰ ਵਿਚਾਰੇ ਡਰਦੇ ਨੇ। ਅਲੀਪੁਰ ਆ ਗਏ ਅਤੇ ਸਾਈ ਉਹਨਾਂ ਨਾਲ ਰੱਖੇ ਸਨ, ਉਹ ਸਾਈਆਂ ਮਤਲਬ ਕਾੜੀਆਂ ਚੁੱਕ ਕੇ ਘਰ ਲੈ ਗਏ, ਅਤੇ ਉਹ ਗਏ ਵੀ ਬੱਚਿਆਂ ਦੇ ਕੋਲ ਦੁੱਧ ਲੈਣੇ, ਅਤੇ ਕਾੜੀਆਂ ਖਾ ਉਹ ਤਾਂ ਖਾਲੀ ਪਈਆਂ। ਉਹਨਾਂ ਆਖਿਆ ਯਾਰ ਅੱਜ ਇਹਦੇ ਅਸੀਂ ਅਲੀਪੁਰ ਹੀ ਹਾਂ, ਅਤੇ ਸਾਡੇ ਦੁੱਧ ਵੀ ਤੁਸੀਂ ਚੁੱਕ ਕੇ ਲੈ ਗਿਆ। ਇਸ ਤਰ੍ਹਾਂ ਕਰਕੇ ਵਕਤ ਗੁਜ਼ਰਿਆ ਅਤੇ ਉਹ ਫਿਰ ਵਿਚਾਰੇ ਚਲੇ ਗਏ। ਇੱਕ ਵਾਰੀ ਸਾਰੇ ਤ੍ਰੈ ਛੱਡ ਕੇ ਸਾਰੇ ਜੂੜੇ ਲਵਾਏ ਹਨ, ਕਲਮਾ ਪੜ੍ਹਿਆ ਸੀ, ਨਮਾਜ਼ ਪੜ੍ਹੀ ਸੀ, ਸਾਰੇ ਕੰਮ ਮੁਸਲਮਾਨਾਂ ਵਾਲੇ ਕਰਕੇ ਫਿਰ ਗਏ। ਫਿਰ ਕਿਉਂ ਚਲੇ ਗਏ ਜਦੋਂ ਸਾਰੇ ਕੰਮ ਹੋ ਗਏ? ਫਿਰ ਬਸ ਉਹ ਡਰਦੇ ਟੁਰ ਗਿਆ ਵੀ ਅੱਜ ਉਹ ਬਹਿੰਦੇ ਕੋਈ ਨਹੀਂ ਮੁਸਲਮਾਨ, ਤਾਂ ਮਾਰ ਛੱਡ ਦੇਣ, ਮਾਰ ਛੱਡ ਦੇਣ, ਉੱਥੇ ਇੰਨੇ ਮਰ ਗਏ ਨੇ, ਉੱਥੇ ਇੰਨੇ ਮਰ ਗਏ ਨੇ। ਇਸ ਵਜ੍ਹਾ ਤੋਂ ਤੁਸੀਂ ਅਜਿਹੀ ਗੱਲ ਸੁਣਾਉਂਦੇ ਹੋ, ਦੱਸੋ ਇੱਕੋ ਮੁੰਡਾ ਦੁਕਾਨ 'ਤੇ ਸੀ ਜਿਹਨੇ ਉਹ ਆਪਣੀ ਪਗੜੀ ਨਹੀਂ ਸੀ ਪਾਈ ਕਿ ਟੋਪੀ ਨਹੀਂ ਪਾਈ, ਤਾਂ ਉਹਦੇ ਉਹ ਤਾਂ ਜਾਗਰ ਸਿੰਘ ਦਾ ਬੱਚਾ ਸੀ। ਅੱਛਾ, ਉਹਨੇ ਸਿਰ 'ਤੇ ਕੱਪੜਾ ਨਹੀਂ ਸੀ ਲਿਆ ਅਤੇ ਵਾਲ ਨਾ ਜਿਵੇਂ ਬੱਚੇ ਬੰਨ੍ਹਦੇ ਨੇ ਨਾ, ਅਤੇ ਉਹ ਸੌਂਦਾ ਵਾਇਆ, ਉਹ ਫੜ ਕੇ ਨਾ ਧੂੜ ਤਾਂ ਉਹਦੇ ਸਿਰ ਦੇ ਵਿੱਚ ਪਾਏ।
ਹੋ ਸਕਿਆ ਮੈਂ ਕੰਮ ਨਹੀਂ ਹੋਣ ਦੇਣਾ ਜੇ ਪਿੰਡ ਵਿੱਚ ਮੇਰੇ ਬੱਚੇ ਨੰਗੇ ਸਿਰ ਫਿਰਨਾ ਤਾਂ ਦੂਜਿਆਂ ਨੂੰ ਮੈਂ ਕਿਵੇਂ ਡੱਕ ਸਕਦਾ ਅਤੇ ਉਦੋਂ ਪਿੱਛੇ ਸਾਰੇ ਪਿੰਡ ਨੂੰ ਕੰਨ ਹੋ ਗਿਆ ਕਿ ਨੰਗੇ ਸਿਰ ਬੱਚਾ ਕੋਈ ਨਾ ਲਵੇ ਉਸ ਆਪਣੇ ਬੱਚੇ ਦਾ ਵੀ ਨਹੀਂ ਲਿਹਾਜ਼ ਕੀਤਾ ਪਿੰਡ ਦਾ ਰਾਹ ਬਣਨਾ ਸੀ ਅਤੇ ਉਹਨੇ ਐਲਾਨ ਕਰਵਾਇਆ ਵੀ ਪਿੰਡ ਮਿੱਟੀ ਪਾਣੀ ਹੈ ਅਤੇ ਸਾਰੇ ਬੰਦੇ ਆ ਉਦੋਂ ਸਪੀਕਰ ਕੋਈ ਨਹੀਂ ਸੁਣਦਾ ਚੌਂਕੀਦਾਰ ਆਵਾਜ਼ ਦਿਆ ਇੱਕ ਦਰਜੀ ਸੀ ਉਹ ਦੂਜੇ ਪੰਜ ਉਹ ਨਿਕਲ ਕੇ ਸ਼ਹਿਰ ਆ ਕੇ ਕੰਮ ਕਰਦਾ ਰਿਹਾ ਫਿਰ ਉਹਨੂੰ ਇੱਕ ਇੱਕ ਬੰਦਾ ਨਜ਼ਰ ਆਉਂਦਾ ਸੀ ਵੀ ਫਲਾਣਾ ਆਇਆ ਅਤੇ ਫਲਾਣਾ ਨਹੀਂ ਆਇਆ ਐਡਾ ਸਿਆਣਾ ਆਦਮੀ ਸੀ ਉਹ ਪੱਠੇ ਸੰਭਾਲ ਲੈਂਦਾ ਸੀ ਵੀ ਇਹ ਫਲਾਣੇ ਖੂਹ ਦੇ ਐਡਾ ਸਿਆਣਾ ਉਹ ਫਿਰ ਸ਼ਾਮੀ ਜਿਹੜੇ ਆਇਆ ਨਾ ਅਤੇ ਉਹਨੂੰ ਆਖਣ ਲੱਗਾ ਵੀ ਅੱਜ ਤੈਨੂੰ ਉਹ ਛੱਪੜ ਦੇ ਵਿੱਚੋਂ ਲੰਘਣਾ ਪੈਣਾ ਅਤੇ ਸਿਆਲ ਸੀ ਠੰਡਾ ਪਾਣੀ ਸੀ ਉਸ ਕਿਹਾ ਮੈਨੂੰ ਪਤਾ ਵੀ ਤੂੰ ਐਵੇਂ ਵਡੇਰਾ ਪਾਣੀ ਵੀ ਠੰਡਾ ਪਰ ਅੱਜ ਤੈਨੂੰ ਵਿੱਚੋਂ ਲੰਘਾਉਣਾ ਤੈਨੂੰ ਮੱਤ ਆ ਜਾ ਅੱਗੋਂ ਵਾਸਤੇ ਕਿ ਐਲਾਨ ਜੋ ਸਾਰੇ ਪਿੰਡ ਵਾਸਤੇ ਹੋਇਆ ਤੂੰ ਕਿਉਂ ਨਹੀਂ ਆਇਆ ਮਿੱਟੀ ਪਾਉਣ ਸਾਰਾ ਪਿੰਡ ਜੋ ਆਇਆ ਤੂੰ ਮਿੱਟੀ ਪਾਉਣ ਕਿਉਂ ਨਹੀਂ ਆਇਆ ਅਤੇ ਉਹ ਫਿਰ ਵਿਚਾਰਾ ਠਰ ਠਰ ਕੇ ਛੱਪੜ ਦੇ ਵਿੱਚੋਂ ਲੱਗਿਆ ਗੱਲ ਕੋਈ ਨਹੀਂ ਸੀ ਪਵਾਉਂਦਾ ਉਹਨੇ ਆ ਜੇ ਗੱਲ ਕੋ ਪਵਾਵੇ ਤਾਂ ਦੂਜੀ ਤਰ੍ਹਾਂ ਵੀ ਮਨਾ ਲੈਂਦਾ ਸੀ ਉਹ ਅੱਛਾ ਬਾਕੀ ਕਿਵੇਂ ਪਿੰਡ ਦੀਆਂ ਮਾੜਿਆਂ ਬੰਦਿਆਂ ਦੇ ਕਿਵੇਂ ਹੱਥ ਰੱਖਦੇ ਸਨ ਜਾਂ ਗਮੀ ਖੁਸ਼ੀ 'ਚ ਕਿਵੇਂ ਸ਼ਾਮਿਲ ਬਾਕੀ ਜਿਹੜੇ ਕੋਈ ਮਾੜੇ ਹੁੰਦੇ ਸਨ ਉਹਨਾਂ ਦੇ ਵਾਸਤੇ ਅੱਛਾ ਸਲੂਕ ਕਰਦੇ ਸਨ ਗੁਜ਼ਾਰਾ ਜਿਵੇਂ ਹੁੰਦਾ ਸੀ ਮਾੜਿਆਂ ਦਾ ਖਿਆਲ ਰੱਖਦੇ ਸਨ ਅਤੇ ਹੁਣ ਤਾਂ ਉਹ ਗੱਲਾਂ ਹੀ ਨਹੀਂ ਰਹੀਆਂ ਹੁਣ ਤਾਂ ਜ਼ਮਾਨਾ ਹੀ ਹੋਰ ਆ ਗਿਆ ਉਹ ਦੌਰ ਹੀ ਹੋਰ ਸੀ ਕੀ ਸਮਝਦੇ ਹੋ ਤੁਸੀਂ ਉਹ ਵਕਤ ਚੰਗੇ ਸਨ ਜਾਂ ਹੁਣ ਜਿਹੜੇ ਵਕਤ ਉਹ ਵਕਤ ਚੰਗੇ ਸਨ ਅੱਛਾ ਕੀ ਉਹਦੀ ਅਛਾਈ ਕੀ ਸੀ ਉਹ ਇਹ ਵੇਖੇ ਗਰੀਬ ਦੀ ਵੀ ਇੱਜ਼ਤ ਜਿਹੜੀ ਸੀ ਨਾ ਉਹ ਵੀ ਓਨੀ ਸੀ ਹੁਣ ਗਰੀਬ ਦੀ ਇੱਜ਼ਤ ਨਹੀਂ ਹੁੰਦੀ ਤਗੜਿਆਂ ਦੀ ਵੀ ਹੋਰ ਗੱਲ ਹੈ ਮਾੜਿਆਂ ਦੀ ਹੋਰ ਗੱਲ ਹੈ ਅਤੇ ਜਿਹੜੇ ਮਾੜੇ ਬੰਦੇ ਸਨ ਨਾ ਉਹਨਾਂ ਦੀ ਵੀ ਇੱਜ਼ਤ ਹੁੰਦੀ ਸੀ ਉਦੋਂ ਅੱਛਾ ਤੁਹਾਡੇ ਨੇੜੇ ਜਿਹੜਾ ਸ਼ਹਿਰ ਹੈ ਅਲੀਪੁਰ ਚਿੱਠਾ ਜਿਹੜਾ ਉਦੋਂ ਨਾਂ ਸੀ ਅਕਾਲਗੜ੍ਹ ਇੱਥੇ ਕੀ ਸੂਰਤ ਹਾਲ ਸੀ ਜਾਂ ਕਿਵੇਂ ਦੀ ਇੱਥੇ ਰਹਿਣ ਵਰਤਣ ਸੀ ਇਹ ਬਸ ਇੱਕ ਬਾਜ਼ਾਰ ਬਾਜ਼ਾਰੀ ਸੀ ਉਹ ਵਿਚਲਾ ਬਾਜ਼ਾਰ ਜਿਹੜਾ ਹੁਣ ਵੀ ਇੱਕੋ ਹੀ ਅਤੇ ਨਾਂ ਹੀ ਸੀ ਸ਼ਹਿਰ ਦਾ ਹੁਣ ਤਾਂ ਮਤਲਬ ਚਾਰ ਪੰਜ ਛੇ ਹਿੱਸੇ ਵੱਧ ਗਿਆ ਐਵੇਂ ਸ਼ਹਿਰ ਦਾ ਨਾਂ ਹੀ ਸੀ ਇੱਕ ਬਾਜ਼ਾਰੀ ਸੀ ਅਤੇ ਦੋ ਚਾਰ ਦੁਕਾਨਾਂ ਸਨ ਅਤੇ ਇੱਕ ਟਾਂਗਾ ਹੁੰਦਾ ਸੀ ਖੜਾ ਅਤੇ ਬਸ ਕੋਈ ਰੌਣਕ ਨਹੀਂ ਸੀ ਕੋਈ ਬੰਦਾ ਨਹੀਂ ਸੀ ਹੁਣ ਤਾਂ ਲੰਘਿਆ ਨਹੀਂ ਜਾਂਦਾ ਕਿਸੇ ਕੋਲੋਂ ਅੱਛਾ ਜਦੋਂ ਤੁਹਾਡੇ ਪਿੰਡ ਵਾਲੇ ਸਿੱਖ ਚਲੇ ਗਏ ਹਾਂ ਜਾਂਦਿਆਂ ਉਹਨਾਂ ਨਾਲ ਕੀ ਸਲੂਕ ਕੀਤਾ ਗਿਆ ਖੈਰ ਖਰੀ ਨਾਲ ਟੁੱਟ ਗਏ ਜਾਂ ਕੁਝ ਖੈਰ ਖਰੀਅਤ ਨਾਲ ਵਿਦਿਆ ਕੀਤਾ ਜਿਵੇਂ ਭੈਣਾਂ ਭਰਾਵਾਂ ਨੂੰ ਵਿਦਿਆ ਕਰੀ ਅੱਛਾ ਐਸੀ ਕੋਈ ਗੱਲ ਨਹੀਂ ਸਾਡੇ ਪਿੰਡ ਕਿਸੇ ਕੋਈ ਨੁਕਸਾਨ ਨਹੀਂ ਕਿਸੇ ਦਾ ਕੀਤਾ ਕੋਈ ਕਿਸੇ ਨਾਲ ਹੱਥ ਨਹੀਂ ਚੁੱਕਿਆ ਬੜੇ ਖੁਸ਼ ਹੋ ਗਿਆ ਤਰਾ ਮੇਰੇ ਯਾਰ ਇੱਕ ਆਇਆ ਹੋਵੇ ਸਿਰਫ ਇੱਕ ਬੰਦਾ ਆਇਆ ਪ੍ਰੀਤਮ ਸਿੰਘ ਉਹਦਾ ਨਾਂ ਸੀ ਅਤੇ ਉਹਦਾ ਨਾਂ ਕੁਦਰਤੀ ਲੰਬਰਦਾਰ ਦਾ ਪੁੱਤਰ ਸੀ ਅਤੇ ਤਰਾ ਮੇਰੀ ਉਹ ਆਇਆ ਮੇਰੀ ਜ਼ਿੰਦਗੀ ਮੇਰਾ ਖਿਆਲ ਸੋਹਣ ਸਿੰਘ ਸੀ ਸੋਹਣ ਸਿੰਘ ਅਤੇ ਮੇਰੇ ਕੋਲ ਦੁਕਾਨ 'ਤੇ ਬੈਠਾ ਰਿਹਾ ਮੈਨੂੰ ਡਰੈਸ ਵੀ ਆਪਣਾ ਦੇ ਗਿਆ ਅਤੇ ਮੈਨੂੰ ਆਉਂਦਾ ਸੀ ਉਹ ਤੂੰ ਉੱਧਰ ਆਵੀਂ ਅਤੇ ਮੈਂ ਤੈਨੂੰ ਉੱਥੋਂ ਕੱਪੜਾ ਲੈ ਦਿਆਂ ਰਿਆਇਤ ਮੈਂ ਮੇਰਾ ਪੂਰਾ ਜਿਹਾ ਕੰਮ ਮੈਂ ਕਿੱਥੇ ਹੁਸ਼ਿਆਰਪੁਰ ਹੁਸ਼ਿਆਰਪੁਰ ਇਹ ਸਾਡੇ ਹਿਸਾਬ ਤਾਂ ਨੁਕਸਾਨ ਹੀ ਹੋਇਆ ਹਰ ਬੰਦਾ ਜਿਹੜਾ ਨਾ ਉਹ ਦਾਤ ਹੈਗਾ ਉਹ ਬਚੇ ਆਵੇ ਜਿਹਦਾ ਹੱਥ ਨਹੀਂ ਪੈਂਦਾ ਜਿਹੜਾ ਬੰਦੇ ਦਾ ਹੱਥ ਪੈਂਦਾ ਉਹ ਘੱਟ ਨਹੀਂ ਕਰਦਾ ਉਂਝ ਹੈਣ ਵਿੱਚ ਅੱਲਾ ਦੇ ਨੇਕ ਬੰਦੇ ਵੀ
ਪਰ ਜ਼ਿਆਦਾ ਜਿਹੜੇ ਨਾ ਲਾਲਚੀ ਲੋਕ ਅਤੇ ਤਮਾ ਹੋਰ ਪ੍ਰੀਤਮ ਸਿੰਘ ਇੱਥੇ ਕਿਹਦੇ ਕੋਲ ਆਉਂਦਾ ਸੀ? ਇਹ ਚੋਰੀ ਨਵਾਬ ਹੁੰਦਾ ਸੀ, ਉਹ ਵੀ ਚਿੱਠਾ ਸੀ ਨਾ, ਅੱਛਾ ਉਹਦੇ ਕੋਲ ਆਉਂਦਾ ਸੀ। ਅੱਛਾ ਤੁਹਾਡਾ ਵੀ ਕੋਈ ਯਾਰ ਦੋਸਤ ਤੁਹਾਡੀ ਉਮਰ ਦੇ ਉਹਨਾਂ ਦੇ ਮੁੰਡੇ ਕੋਈ ਨਹੀਂ ਉਹ ਯਾਦ? ਨਹੀਂ ਯਾਦ ਕੁਛ ਨਹੀਂ ਹੁੰਦਾ। ਅੱਛਾ ਹਾਂ, ਇੱਕ ਜੰਗੀਰ ਸਿੰਘ ਹੁੰਦਾ ਸੀ, ਉਹ ਡੰਗਰ ਚਾਰਦਾ ਸੀ ਰਲ ਕੇ ਉਹਨਾਂ ਨਾਲ। ਹੋਰ ਵੀ ਮੁੰਡੇ ਸਨ ਪਰ ਉਹਨਾਂ ਨਾਂ ਨਹੀਂ ਯਾਦ ਰਹਿ, ਬੜਾ ਚਿਰ ਲੱਗ ਗਿਆ। 47 ਕਿੱਥੇ ਸਾਲ ਜਦੋਂ ਆਏ ਨੇ ਜਿਹੜੇ ਪਰਤ ਕੇ ਕੀ ਦੱਸ ਜਾਣਾ ਸੀ ਉੱਥੇ ਕਿਵੇਂ ਰਹਿ ਬਹਿ ਰਹੇ ਜਾਂ ਕੀ ਸੂਰਤ ਹਾਲ ਸਾਡੀ? ਆਹ ਬਸ ਹੋਣਾ ਸੀ, ਇੰਨੀ ਜ਼ਮੀਨਾਂ ਛੱਡ ਕੇ ਆਏ, ਇੰਨੀਆਂ ਕੋਠੀਆਂ ਛੱਡ ਕੇ ਆਏ, ਹੁਣ ਸਾਨੂੰ ਕੀ ਪਤਾ ਕਿੰਨੀਆਂ ਕੀ ਕਰਕੇ ਆਇਆ। ਹਾਂ ਯਾਨੀ ਠੀਕ ਦੱਸ ਜਾਣਾ ਉੱਥੇ ਸਾਡਾ ਗੁਜ਼ਾਰਾ ਚੰਗਾ ਹੈ? ਹਾਂ ਠੀਕ ਠਾਕ। ਆਹ ਜਿਹੜੀ ਉਹ ਬੱਚੀ ਵਾਲੀ ਬੱਚੀ ਆਈ ਸੀ ਇੰਡੀਆ ਤੋਂ ਇੱਥੇ ਪਿੰਡ ਚੋਰਾਂ ਵਾਲੀ, ਅੱਛਾ, ਅਤੇ ਉਸ ਆਖਿਆ ਅੱਬੂ ਜੀ ਮੈਂ ਆਪਣਾ ਪਿੰਡ ਵੇਖਣਾ। ਉਹਨੂੰ ਬੜਾ ਡੱਕਿਆ ਉਹਨਾਂ ਸਿੱਖਾਂ, ਨਾ ਤੂੰ ਜਾ। ਉਸ ਆਖਿਆ ਨਹੀਂ ਮੈਂ ਉਹਨਾਂ ਮਾਲ ਛੱਡਣਾ ਨਹੀਂ ਕਰਨਾ। ਉਹਨਾਂ ਆਖਿਆ ਮਾਲ ਛੱਡ ਕੇ ਮੈਂ ਆਪਣਾ ਪਿੰਡ ਵੇਖਣਾ। ਉਹ ਫਿਰ ਆਏ ਸਾਰੇ ਪਿੰਡ ਨੇ ਨਾ ਉਹਦੀ ਬੜੀ ਇੱਜ਼ਤ ਕੀਤੀ, ਬੜੀ ਇਤਰਾਮ ਕੀਤਾ। ਮਤਲਬ 2-4 ਦਿਨ ਰਹੀ ਅਤੇ ਕੋਈ ਆਖੇ ਰੋਟੀ ਮੈਂ ਦੇਣਾ, ਕੋਈ ਆਖੇ ਰੋਟੀ ਮੈਂ ਦੇਣਾ, ਧੀ ਸਮਝ ਕੇ ਆ। ਫਿਰ ਜਿਵੇਂ ਧੀਆਂ ਨੂੰ ਵਾਪਸ ਕਰੀਦਾ, ਉਹ ਚੱਠਿਆਂ ਨੇ ਉਸ ਤਰ੍ਹਾਂ ਹੀ ਵਾਪਸ ਕੀਤਾ। ਅਤੇ ਫਿਰ ਬੜੀ ਜਾ ਕੇ ਉਸ ਤਾਰੀਫ ਕੀਤੀ ਉੱਥੇ ਜਾ ਕੇ। ਨਾਮ ਪ੍ਰੀਤਮ ਸਿੰਘ ਸੀ ਉਹਦੇ ਬਾਪ ਦਾ। ਪ੍ਰੀਤਮ ਸਿੰਘ ਦੀ ਬੱਚੀ ਸੀ? ਹਾਂ ਪ੍ਰੀਤਮ ਸਿੰਘ। ਅੱਛਾ, ਚਲੋ ਅੱਛਾ। ਅਤੇ ਹੋਰ ਤੁਸੀਂ ਉਹ ਜ਼ਮਾਨੇ 'ਚ ਫਿਰ ਹੋਰ ਕਾਰੋਬਾਰ ਵਗੈਰਾ ਤੁਹਾਡੇ ਪਿੰਡ ਕੋਈ ਦੁਕਾਨਦਾਰ ਕਿਹੜੇ ਸਨ? ਦੁਕਾਨਦਾਰ ਦੁਕਾਨਾਂ ਹੀ 2-3 ਸਨ ਬਸ। ਉਹ ਇੰਨਾ ਮਾਹੌਲ ਹੀ, ਮਤਲਬ ਇੰਨੀ ਆਬਾਦੀ ਨਹੀਂ ਸੀ, ਇੰਨੀ ਤਾਦਾਦ ਨਹੀਂ ਸੀ। ਅਤੇ ਇੱਕ ਨੂਰ ਮੁਹੰਮਦ ਦਰਜੀ ਹੁੰਦਾ ਸੀ, ਉਹਦੀ ਦੁਕਾਨ ਸੀ। ਅਤੇ ਇੱਕ ਬਲਵੰਤ ਸਿੰਘ ਖੱਤਰੀ ਹੁੰਦਾ ਸੀ, ਜਿਹਦੀ ਮੁੰਜੀ ਇੱਦਾਂ ਦੱਸਿਆ ਚੁੱਕੀ ਗਈ, ਉਹ ਦੁਕਾਨ ਸੀ। ਇਹ 2 ਦੁਕਾਨਾਂ ਸਨ। ਉਹਦੀ ਮਾਂ ਚਲਾਉਂਦੀ ਸੀ ਦੁਕਾਨ, ਉਹਦਾ ਨਾਂ ਸੀ ਵੀਰਾਂ ਦੇਈ, ਵੀਰਾਂ ਦੇਈ। ਹਾਂ, ਵਡੇਰੀ ਜੀ ਸੀ ਅਜੇ ਮੈਨੂੰ ਯਾਦ। ਹਾਂ, ਕੀ ਜਦੋਂ ਇਕੱਠੇ ਰਹਿੰਦੇ ਸਨ ਸਾਰੀ ਦੁਨੀਆ ਤੇ ਕਿਉਂ ਇੱਕ ਦੂਜੇ ਨਾਲ ਫਿਰ ਕਤਲ ਕਰਨ ਲੱਗ ਪਏ, ਲੁੱਟਣ ਲੱਗ ਪਏ? ਕੀ ਬਸ ਫਿਰ ਮੁਸਲਮਾਨ ਜਿਹੜੇ ਨਾ ਇਹ ਲਾਲਚ ਨਾ ਜਾਵੇ। ਹਜ਼ੂਰ ਅੱਲਾਹ ਸਲਾਤ ਵਸਲਾਮ ਨੇ ਫਰਮਾਇਆ ਸੀ ਜੰਗੇ ਅਹੁਦੇ 'ਚ ਕਿ ਕੁਝ ਸਵਾਬੀਆਂ ਨੂੰ ਫਤਿਹ ਹੋਵੇ ਜਾਂ ਸ਼ਿਕਸਤ ਹੋਵੇ, ਤੁਸੀਂ ਦਰਾ ਨਹੀਂ ਛੱਡਣਾ। ਅਤੇ ਉਹ ਜਿਹੜੇ ਫਤਿਹ ਹੋ ਗਈ ਨਹੀਂ ਤਾਂ ਮਾਲ ਗਨੀਮਤ ਲੁੱਟਣ ਲੱਗ ਪੈਣ ਲੋਕ, ਅਤੇ ਉਹ ਦਰਾ ਮਤਲਬ ਛੱਡ ਕੇ ਉਹ ਖਾਲੀ ਕਰ ਦਿੱਤਾ, ਉਹ ਵੀ ਲੁੱਟਣ ਲੱਗ ਪਏ। ਅਤੇ 70 ਸਵਾਬੀ ਸ਼ਹੀਦ ਹੋ ਗਏ ਸਨ। ਸ਼ੁਰੂ ਤੋਂ ਮੁਸਲਮਾਨ ਲਾਲਚ ਭਰਿਆ। ਆਹ ਇਹ ਗੱਲ ਹੈ। ਅੱਛਾ, ਸਾਰੀ ਵਜ੍ਹਾ ਲਾਲਚ ਹੀ ਸੀ? ਲਾਲਚ ਸੀ, ਲਾਲਚ ਦਾ ਸਹੀ। ਅੱਛਾ, ਤੁਹਾਨੂੰ ਉੱਥੇ ਸੁਣਦਾ ਹੋਵੇ ਜਾਂ ਕੀ ਤੁਸੀਂ ਉਹਨੂੰ ਪੈਗਾਮ ਦੇਣਾ ਚਾਹੀਦਾ ਤੁਹਾਡੇ ਕਿਸੇ ਯਾਰ ਦੋਸਤ ਜਾਂ ਤੁਹਾਡੇ ਪਿੰਡ ਦੇ ਬੰਦੇ ਜਿਹੜੇ ਗਏ ਨੇ ਉੱਧਰ? ਹਾਂ ਬਸ ਸਭ ਮੇਰੀ ਤਰ੍ਹਾਂ ਬੜਾ ਬੜਾ ਅਸਲਾਮੁ ਅਲੈਕੁਮ। ਅਤੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਜਿਹੜੀ ਜਗੀਰ ਸਿੰਘ ਦੇ ਜਿਹੜਾ ਨਾ ਉਹਦਾ ਪੋਤਰਾ, ਹਾਂ ਉਹਨਾਂ ਨੇ ਕੀਤੀ ਸੀ ਤੁਹਾਡੇ ਬਾਰੇ ਮੈਸੇਜ ਕਿ ਬਜ਼ੁਰਗਾਂ ਨੂੰ ਤਾਂ ਮਿਲਣਾ ਤਾਂ ਸਾਡਾ ਸਲਾਮ ਦੇਣਾ। ਅੱਛਾ, ਵਾਲੇਕੁਮ ਸਲਾਮ। ਵਾਲੇਕੁਮ ਸਲਾਮ, ਬੜੀ ਗੱਲ ਹੈ ਜੀ, ਬੜੀ ਗੱਲ ਹੈ। ਜੰਗੇਰ ਸਿੰਘ ਨਾਲ ਸਾਡੇ ਬੜਾ ਡੰਗਰ ਚਾਰੇ ਨੇ, ਰਲ ਕੇ ਰਹੇ ਹਾਂ ਇਕੱਠੇ। ਮਤਲਬ ਇੱਕ ਹੀ ਉਹ ਮੁੰਡਾ ਸੀ ਸਿੱਖਾਂ ਦਾ, ਅਤੇ ਦੂਜੇ ਅਜੇ ਕੋਨੇ ਛੋਟੇ ਸਨ, ਅਤੇ ਬਸ ਤੁਰ ਗਏ। ਉਹ ਸਾਡੇ ਨਾਲ ਤਗੜਾ ਸੀ ਜ਼ਰਾ, ਉਹ ਜੋ ਮੁਸਲਮਾਨਾਂ ਉੱਤੇ ਸਾਇਆ ਸੀ। ਚਲੋ ਜੀ, ਬਜ਼ੁਰਗਾਂ ਨੂੰ ਜਿਹੜੀ ਯਾਦਾਸ਼ਤ ਹੈ ਅਸੀਂ ਇਹਨਾਂ ਆਪਣੀਆਂ ਗੱਲਾਂ ਕੀਤੀਆਂ ਨੇ, ਤਬੀਅਤ ਵੀ ਜ਼ਰਾ ਜਾ ਇਨਸ਼ਾ ਅੱਲਾ ਫਿਰ ਸੇ ਜ਼ਿੰਦਗੀ ਦੇ ਸਾਥ ਦਿੱਤਾ ਨਾ ਫਿਰ ਸੇ। ਚੰਗਾ ਜੀ ਮੇਰੀ